सत श्री अकाल जी, रॉयल कलेक्शन एंड बुटीक राजप्रास थोड़ा बहुत बहुत स्वागत है जी। अज लैके आए आप ऑफर नंबर दो, ऑफर नंबर टू, ठीक है, दो ऑफर नंबर है जी अपना। तो कल वाले ऑफर में तुसी इन्ना क ज़्यादा प्यार दिता, इन्ना क ज़्यादा प्यार दिता, सब का थैंक यू सो मच। मेरे को सूट भी मतलब कि मैनू इदा सगा कि मैं बहुत सारी क्वानिटी बनवा ली है, बट उन्होंने सूटों से भी मैनू तकरीबन बहुत सारे सोल्ड आउट कहना पे उन्होंने वास्ते सॉरी। अज बहुत कुछ लैके आई हूँ, हले थोड़े को 15 दिन है जी, जिन्होंने नहीं मिल रहे सूट और डे बाय डे उन्होंने कुछ ना कुछ तो उन्होंने पसंद आ जरूर मिल जाएगा। अज थोड़े वास्ते असी डिजाइनर सूट लैके आए हैं, इन्हां दे विच तुहानूं सूट देवांगे असीं 4000 तो लैके 6000 दी रेंज वाले। तुसीं मेरियां वीडियो विच जाके देख सकदे हो, ये सारे तुसीं इक दिवाली का गिफ्ट कह सकदे हो। बहुत प्यारी जिहियां कलैक्शनां ने, डिजाइनर पीस ने जी। अज दे ऑर्गेंजा फैब्रिक रहेगा, सिल्क ते रहणगे, अलग अलग फैब्रिक आ तुहानूं नाल दी नाल दस दांगे। अज दी सारी ही वीडियो का प्राइस रहेगा जी 3600, 3600 दा सूट होएगा। जिहड़ा भी सूट तुसीं लैणा मेरा नंबर ते तुसीं गूगल पे करा के उहदी बुकिंग करवा दिओ। एक रिक्वेस्ट है जी, हम्बल रिक्वेस्ट आ कि सिर्फ फोटोआं ओ पाओ जिन्हां ने सूट लैने हुंदे आ। फोटोज़ इन्नियां करनी है, मैं अवेलेबिलिटी भी लिख दिंदी हाँ कि अवेलेबल आ, फिर भी मतलब कि कोई फीडबैक उहनां दा वापस मैसेज नहीं आंदा। इदां हो जांदा कि साइड ए सूट असीं किसे वास्ते रखणा है। ਤੁਸੀਂ ਆਪਣਾ ਮਾਇੰਡ ਪੂਰਾ ਪ੍ਰਪੇਅਰ ਕਰਕੇ ਉਹਨੂੰ ਫਿਰ ਪਲੀਜ਼ ਸੂਟ ਵੀ ਅਸੀਂ ਲੈਣਾ ਜਾਂ ਨਹੀਂ ਲੈਣਾ ਤਾਂ ਫੋਟੋ ਪਾਓ, ਹੈ ਨਾ, ਕਿਉਂਕਿ ਫਿਰ ਤੁਹਾਡੇ ਚੱਕਰਾਂ ਦੇ ਵਿੱਚ ਕੋਈ ਹੋਰ ਨਾ ਰਹਿ ਜਾਵੇ, ਤਾਂ ਕਰਕੇ ਪਲੀਜ਼ ਇਸ ਗੱਲ ਦੀ ਰਿਕੁਐਸਟ ਆ ਜੀ। ਅਤੇ ਅੱਜ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਦਿਖਾਉਣ ਜਾ ਰਹੇ ਹਾਂ, ਅਤੇ ਇਹ ਹੈਗਾ ਜੀ ਸੂਟ। ਬੁਕਿੰਗ ਲਈ ਨੰਬਰ ਹੈਗਾ 8283 8283 81 ਨੰਬਰ ਆ ਜੀ, ਇਸ 'ਤੇ ਤੁਸੀਂ ਮੈਨੂੰ ਸਕਰੀਨਸ਼ੋਟ ਲੈ ਕੇ ਸੈਂਡ ਕਰ ਸਕਦੇ ਹੋ। ਕੰਮ ਦੇਖੋ ਜੀ, ਕੰਮ ਕਿੰਨੀ ਹੋ, ਤੁਹਾਨੂੰ ਕੋਈ ਕੰਪਲੇਨ ਨਹੀਂ ਹੋਏਗੀ। ਫੈਬਰਿਕ ਕਿੰਨੀ ਹੋ, ਕੋਈ ਕੰਪਲੇਨ ਨਹੀਂ ਹੋਏਗੀ। ਮਤਲਬ ਕਿ ਜਿਹੜੇ ਸੂਟ ਹੈਗੇ ਨੇ ਜੀ 4200 4500 ਵਾਲੇ ਸੂਟ, ਉਹ ਅੱਜ ਤੁਹਾਨੂੰ ਅਸੀਂ 3600 ਦੇ ਵਿੱਚ ਦੇਵਾਂਗੇ ਜੀ। ਜਿਹੜਾ ਵੀ ਸੂਟ ਲੈਣਾ ਸ਼ਿਪਿੰਗ ਫਰੀ ਦੇ ਨਾਲ ਦੇਵਾਂਗੇ ਜੀ, ਇੰਡੀਆ ਦੇ ਵਿੱਚ ਸ਼ਿਪਿੰਗ ਫਰੀ ਰਹੇਗੀ। ਬਾਜੂ 'ਤੇ ਵੀ ਪ੍ਰੋਪਰ ਤੁਹਾਨੂੰ ਵਰਕ ਮਿਲੂਗਾ, ਠੀਕ ਹੈ, ਇੱਦਾਂ ਵਰਕ ਆਏਗਾ ਜੀ ਬਾਜੂ 'ਤੇ ਵੀ। ਅਤੇ ਸਿਲਕ ਦੀ ਹੈਗੀ ਹੈ ਸਲਵਾਰ, ਇਹਦੇ ਨਾਲ 3 ਮੀਟਰ ਦੀ ਔਰਗੇਂਜ਼ਾ ਦੀ ਸ਼ਰਟ ਹੈ ਜੀ। ਅਤੇ ਦੁਪੱਟਾ ਦੇਖੋ ਜੀ, ਬਹੁਤ ਪਿਆਰਾ ਪਿਓਰ ਸ਼ਫੋਨ ਦਾ ਹੈਗਾ ਦੁਪੱਟਾ, ਅਤੇ 4-sided ਵਰਕ ਦੇ ਨਾਲ ਬਹੁਤ ਯੂਨੀਕ ਆਈਟਮ ਹੈ ਜੀ। ਤੁਸੀਂ ਜਦੋਂ ਮਤਲਬ ਜਦੋਂ ਇਹਦਾ ਦੁਪੱਟਾ ਲਓਗੇ ਨਾ, ਜਿੱਥੇ ਖੜਾ ਦੋਗੇ ਦੁਪੱਟੇ ਨੂੰ ਉੱਥੇ ਹੀ ਖੜ ਜਾਏਗਾ ਜੀ, ਇੰਨਾ ਕੁ ਪਿਆਰੇ ਦਾ ਵਰਕ ਦੇ ਨਾਲ ਇਹਦੀ ਗ੍ਰਿਪ ਬਣਦੀ ਹੈ ਸੂਟ ਦੀ, ਠੀਕ ਹੈ। ਪ੍ਰਾਈਸ ਹੈਗਾ ਅੱਜ ਦੀ ਸਾਰੀ ਵੀਡੀਓ ਦਾ 3600 3600 ਪ੍ਰਾਈਸ ਆ, ਸ਼ਿਪਿੰਗ ਫਰੀ ਆ ਜੀ। ਅਤੇ ਦਿਵਾਲੀ ਦਾ ਔਫਰ ਹੈ, ਬਹੁਤ ਵੱਡਾ ਔਫਰ ਹੈ, ਤੁਸੀਂ ਲੈ ਸਕਦੇ ਹੋ ਇਹਨਾਂ ਦੇ ਵਿੱਚੋਂ ਸੂਟ। ਗਰਲਿਸ਼ ਲੁੱਕ ਦੇ ਸੂਟ ਹੋਣਗੇ ਅਤੇ ਹਰੇਕ ਏਜ ਵਾਸਤੇ ਸੂਟ ਨੇ ਜੀ। ਨੈਕਸਟ ਸੂਟ ਦਿਖਾਉਂਦੇ ਹਾਂ ਤੁਹਾਨੂੰ, ਔਰਗੇਂਜ਼ਾ ਦੇ ਉੱਪਰ ਪੇਂਟ ਦੇ ਨਾਲ ਹੈਂਡ ਵਰਕ, 3 ਮੀਟਰ ਦੀ ਸ਼ਰਟ ਦੇ ਨਾਲ ਰਹੂਗਾ ਜੀ ਸੂਟ। ਫੁੱਲ ਡਿਜ਼ਾਈਨਰ ਪੀਸ ਨੇ ਜਿਹੜੀ ਅੱਜ ਦੇ, ਕੱਲ੍ਹ ਮੈਂ ਤੁਹਾਨੂੰ ਦਿਖਾਇਆ ਸੀ ਸਾਰਾ ਪੰਜਾਬੀ ਟੇਸਟ ਪੰਜਾਬੀ ਸੂਟ ਸੀਗੇ, ਅਤੇ ਅੱਜ ਤੁਹਾਨੂੰ ਸਾਰੇ ਹੀ ਅਸੀਂ ਡਿਜ਼ਾਈਨਰ ਪੀਸ ਦੇਵਾਂਗੇ ਜੀ। ਔਰਗੇਂਜ਼ਾ ਦੇ ਉੱਪਰ ਇਹ ਪੇਂਟ ਕਰਕੇ ਫਲਾਰ ਦੇ ਉੱਪਰ ਉਹਨੂੰ ਪ੍ਰੋਪਰ ਹੈਂਡ ਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ, ਠੀਕ ਹੈ ਜੀ। ਬਾਜੂ ਤੁਹਾਨੂੰ ਐਕਸਟਰਾ ਦਿੱਤੀਆਂ ਹੋਈਆਂ, ਕੋਈ ਸਾਈਡ ਤੋਂ ਨਹੀਂ ਕੱਪੜਾ ਕੱਢਿਆ ਹੋਇਆ। ਸਿਲਕ ਦੀ ਸਲਵਾਰ ਇਹਦੇ ਨਾਲ, ਅਤੇ ਦੁਪੱਟੇ ਦੀ ਲੁੱਕ ਦੇਖ ਲਿਓ ਜੀ, ਇੱਦਾਂ ਰਹੇਗਾ ਇਹਦਾ ਦੁਪੱਟਾ, ਔਰਗੇਂਜ਼ਾ 'ਤੇ ਦੁਪੱਟਾ। 3600 ਪ੍ਰਾਈਸ ਆ ਸੂਟ ਦਾ। ਕਲਰ ਦਿੰਦੇ ਹਾਂ ਤੁਹਾਨੂੰ ਇਹਦੇ ਵਿੱਚ ਦੋ, ਇਹ ਸੈਕਿੰਡ ਕਲਰ ਆ, ਠੀਕ ਹੈ ਜੀ। ਬਹੁਤ ਸਾਰੇ ਸੂਟ ਨੇ, ਸਾਰੇ ਸੂਟ ਨਹੀਂ ਖੋਲ੍ਹ ਸਕਦੀ ਮੈਂ ਤੁਹਾਨੂੰ, ਕਿਉਂਕਿ ਵੀਡੀਓ ਵੀ ਲੰਬੀ ਹੋ ਜਾਏਗੀ, ਅਤੇ ਫਿਰ ਕਾਫੀ ਸਾਰੇ ਸੂਟ ਨੇ ਜੀ, ਤੁਸੀਂ ਵੀ ਟਾਈਮ ਕੱਢ ਕੇ ਬੈਠ ਦਿਓ ਫੋਨ 'ਤੇ। ਅਤੇ ਇਹ ਦੇਖੋ ਸੂਟ, ਇਹ ਸੂਟ ਸੀਗਾ ਮੇਰਾ ਨੀਅਰ ਮੇ ਵੀ 5500 ਦੇ ਲਗਭਗ ਸੀਗਾ। ਬਹੁਤ ਸੋਹਣਾ ਸੂਟ ਆ, ਪਿਓਰ ਔਰਗੇਂਜ਼ਾ ਦੇ ਉੱਪਰ ਸੂਟ ਆ ਜੀ। ਕੁਛ ਇੱਕ ਤੁਹਾਨੂੰ ਅਸੀਂ ਉਹ ਵਰਾਇਟੀਆਂ ਦੇ ਰਹੇ ਹਾਂ ਜਿਨ੍ਹਾਂ ਦੀ ਜ਼ਿਆਦਾ ਡਿਮਾਂਡ ਹੈ। ਅਤੇ ਇਹਦੇ ਨਾਲ ਹੈਗੀ ਆ ਸਿਲਕ ਦੀ ਸਲਵਾਰ, ਦੁਪੱਟੇ ਦੀ ਲੁੱਕ ਦੇਖੋ, ਇੱਦਾਂ ਰਹਿਣਗੇ ਜੀ ਦੁਪੱਟੇ। ਹਰੇਕ ਏਜ ਵਾਸਤੇ ਸੂਟ ਹੈ, ਬਹੁਤ ਪਿਆਰੇ ਪਿਆਰੇ ਸੂਟ ਨੇ।
कलर ये दोनों ही ने, दोनों एक तो एक ने कलर। देखो दुपट्टा, ठीक है जी। नैक्सट दिखाने थोनू पाकिस्तानी सूट, ऑर्गेंजा के उपर है जी, पाकिस्तानी स्टाइल का सूट आएगा ये। इदा बनेगी जी लुक, ठीक है। डेली वरायटी आएगी, कुछ ना कुछ थोनू नवा देवे जी। तो अपने कमेंट करके जरूर दस दौ थोनू किदा लगी सारी कलैक्शन। कोशिश करा कि हले दो तीन दिन तो मतलब कि जो असी वीडियो थोड़ी अर्ली पा लग जाइए, बुकिंग लैंड थोड़ा ईजी हो जाता है, क्योंकि फिर लंच टाइम हो जाता जी मेरा भी तो थोड़ा भी सब का। तकरीबन 10-11 बजे वीडियो पाने की कोशिश करा अगर हो गया पॉसिबल। सेम दे विच कलर है जी, ठीक है, दो कलर ने। नैक्सट सूट देखियो जी, सूट की लुक देखियो, शिमर के उपर, प्योर शिमर के उपर सूट आ, प्योर शिमर के उपर नवा स्टफ ते नवा जहा वर्क दा, कुछ अलग है ये वाला सूट। हैंड वर्क सॉरी सारा ही ये थ्रेड वर्क दे नाल रहूगा जी सूट। तिल्ला वर्क आ, सिल्क की सलवार आ, ते दुपट्टा हैगा ऑर्गेंजा दा, फोर साइडेड वर्क दे नाल रहूगा दा दुपट्टा। एदा कलर ऑप्शन बहुत प्यारी आ, ये कलर है जी, इस ठीक है। तो के दो कलर ने, तीन कलर ने, ये तीनों ही बहुत सोहने। नैक्सट सूट दिखा रहे हैं ऑर्गेंजा के उपर, हैंडवर्क तो नैक बनया हुआ, फुल गर्ली स्टाइल का सूट आ। वर्क की फिनिशिंग देख लो, गोटा पत्ती का काम है, इसते थ्रेड वर्क है जी दबके का, बहुत प्यारा वर्क है। ये देखो सूट, ठीक है जी, 3200 प्राइस आ, सॉरी 3600 प्राइस आ सूट का। ये च कलर ऑप्शन आ, तीन तीन कलर ने जी, 3600 का सूट है, 6000 का सूट सीगा। क्रेप के उपर है जी, डिजिटल प्रिंट के नाल, काफ़ी सारे सूट सेल किए असी ये नाल दे, बहुत सारे सूट अस तुहानू असी ये दे रहे हैं ऑफर दे विच। डिजिटल प्रिंट है जी, क्रेप है जड़े, ठीक है। एक ये ते बॉर्डर आएगा, ये नाल ये सलवार भी प्योर क्रेप ते रहूगी, ते दुपट्टा सारे थ्रेड वर्क ते चनौन शिफॉन ते, चनौन शिफॉन का दुपट्टा थ्रेड वर्क के उपर, ठीक है जी। कलर ये दोनों ही लाइट ने, ये थोड़ा ग्रे टोन ते आ गया, स्टील ग्रे जहा। सटन के उपर सूट है जी, ये सटन ते पत्ता सरवोस्की का काम होया वा इसते, ठीक है। ये हैगी जी सलवार, ये हैगा इहदा ऑर्गेंजा का दुपट्टा, बहुत प्यारा सूट है। कलर देखो इसते भी सेम दे विच तुहानू दो सूट मिल जाएंगे, ठीक है जी। नैक्सट दे रहे ऑर्गेंजा के उपर थ्रैड इंब्रॉयडरी, नैक के उपर हैंडवर्क हो जाए, तो बाकी सारे फ्रंट दे विच बहुत सोहना वर्क आ। सिल्क की सलवार है जी नाले दे, ते नाल मिलेगा थोनों ऑर्गेंजा का दुपट्टा, फोर साइडेड मिरर वर्क दे नाल, लुक बहुत सोहनी आएगी सूट बनने तो बाद, हैवी लुक देगा पूरी। कलर तीन ने दे विच भी, 3600 प्राइस आ, 6 सूट दने जी। क्रेप के उपर
ਕਾਫੀ ਸਾਰੇ ਸੂਟ ਜਿਨ੍ਹਾਂ ਕੋਲ ਗਏ ਹੋਏ ਨੇ ਉਹਨਾਂ ਨੂੰ ਪਤਾ ਜੀ ਇਹਨਾਂ ਸੂਟਾਂ ਬਾਰੇ, ਬਹੁਤ ਸਾਰੀ ਡਿਮਾਂਡ ਇਹਨਾਂ ਸੂਟਾਂ ਦੀ ਵੀ। ਬਟ ਅੱਜ ਅਸੀਂ ਤੁਹਾਨੂੰ ਇਹ ਆਫਰ 'ਚ ਦੇ ਰਹੇ ਹਾਂ, ਕਰੇਪ ਦੇ ਉੱਪਰ ਸੂਟ ਹੈ ਜੀ, ਇਹ ਸਾਰੇ ਹੀ ਵਰਕ ਹੋਇਆ ਹੋਇਆ ਇਸ 'ਤੇ, ਨੀਚੇ ਵੀ ਅਤੇ ਵੀ। ਅਤੇ ਦੁਪੱਟੇ ਦੀ ਲੁੱਕ ਦੇਖਿਓ, ਸਾਰਾ ਹੈਵੀ ਦੁਪੱਟਾ ਅਤੇ ਬਹੁਤ ਘੱਟ ਪ੍ਰਾਈਸ ਦੇ ਵੀ ਸੂਟ ਆ। ਕਲਰ ਇਹਦੇ ਵਿੱਚ ਹੈਗੀਆਂ ਤਿੰਨ, ਠੀਕ ਹੈ ਜੀ। ਇਕੱਠਾ ਕੁਆਂਟਿਟੀ ਮੰਗਾਉਣ ਦੇ ਵਿੱਚ, ਜਿੱਦਾਂ ਇਹਨਾਂ ਦੇ ਮੇਰੇ ਕੋਲ 5 ਸੈੱਟ ਸੀਗੇ, ਤਾਂ ਇਹ ਸਿਰਫ ਇਹਦੇ ਸੇਮ ਦੇ ਵਿੱਚ ਹੀ 2 ਕਲਰ ਹੈਗੇ ਆ, ਤਾਂ ਇਹ ਇਸ ਟਾਈਮ ਤੁਹਾਨੂੰ ਅਵੇਲੇਬਿਲਟੀ ਇਹਨਾਂ 'ਚ ਮਿਲ ਜਾਏਗੀ। ਨੈਕਸਟ ਇਹ ਸੂਟ ਵੀ ਬਹੁਤ ਜ਼ਿਆਦਾ ਡਿਮਾਂਡ 'ਤੇ ਰਿਹਾ ਸੀਗਾ, ਅਤੇ ਪੈਚ ਵਰਕ ਦੇ ਉੱਪਰ ਹੈ ਜੀ ਸੂਟ, ਇਹ ਕਰੀਮ ਕਲਰ ਦਾ ਸੂਟ ਆ, ਠੀਕ ਹੈ। ਇਹ ਸਾਰਾ ਪੈਚਿੰਗ ਕੀਤੀ ਹੋਈ ਹੈ ਇਹਨੂੰ, ਕਰੀਮ ਕਲਰ ਦੀ ਸਲਵਾਰ ਹੈ ਜੀ ਇਹਦੇ ਨਾਲ, ਅਤੇ ਨਾਲ ਰਹੂਗਾ ਇੱਦਾਂ ਬਹੁਤ ਪਿਆਰੀ ਜੀ ਲੁੱਕ ਦਾ ਇਹਦਾ ਦੁਪੱਟਾ, ਠੀਕ ਹੈ ਜੀ। ਇਹਦੇ ਵਿੱਚ ਤੁਹਾਨੂੰ ਇੱਕ ਬਲੈਕ ਮਿਲ, ਸਿਰਫ ਪੈਚ ਦੇ ਕਲਰ ਦਾ ਹੀ ਚੇਂਜ ਹੋ ਜਾਏਗਾ, ਬਾਕੀ ਸਾਰੀ ਸੇਮ ਰਹੂਗਾ। ਤਿੰਨ ਨੇ ਇਹਦੇ ਵਿੱਚ ਕਲਰ, ਕਰੀਮ ਕਲਰ ਦੇ ਉੱਪਰ ਹੀ। ਨੈਕਸਟ ਦੇ ਰਹੀ ਹਾਂ ਤੁਹਾਨੂੰ ਮੈਂ ਸਕਿਨ ਕਲਰ ਦੇ ਉੱਪਰ, ਸਾਰੇ ਪੈਚ ਵਾਲਾ ਸੂਟ ਹੈ ਜੀ, ਪੈਚਿੰਗ ਕੀਤੀ ਵੀ ਆ ਸਾਰੇ ਸੂਟ 'ਤੇ। ਸਿਲਕ ਦੀ ਸਲਵਾਰ ਆ ਅਤੇ ਇਹਦਾ ਡਿਜ਼ਾਈਨਰ ਜਿਹਾ ਦੁਪੱਟਾ, ਔਰਗੈਂਜ਼ਾ ਦਾ, ਔਰਗੈਂਜ਼ਾ ਦੀ ਸ਼ਰਟ ਆ, ਔਰਗੈਂਜ਼ਾ ਦਾ ਦੁਪੱਟਾ ਅਤੇ ਸਿਲਕ ਦੀ ਹੈਗੀ ਸਲਵਾਰ, ਕਲਰ ਹੈਗੇ ਜੀ 2। ਠੀਕ ਹੈ ਜੀ। ਨੈਕਸਟ ਦੇ ਰਹੇ ਹਾਂ ਇਹ ਹੈਗਾ ਜੀ ਮਿਰਰ ਵਰਕ ਦੇ ਉੱਪਰ, ਸਿਲਕ ਦੀ ਸਲਵਾਰ ਆ ਅਤੇ ਇਹ ਹੈਗਾ ਦਾ ਡਿਜ਼ਾਈਨਰ ਜਿਹਾ ਦੁਪੱਟਾ। ਦੁਪੱਟੇ ਦੀ ਲੁੱਕ ਦੇਖੋ ਜੀ, ਫੁੱਲ ਗਰਲਿਸ਼ ਸਟਾਈਲ ਦਾ ਸੂਟ ਆ, ਸੈਂਟਰ ਦੇ ਵਿੱਚ ਆਏ ਗਏ ਵਾਲਾ। ਇਹਦਾ ਪੈਚ ਕਲਰ ਦੇਖੋ, ਕਲਰ ਬਹੁਤ ਸੋਹਣੇ ਆ, ਯੈਲੋ ਕਲਰ ਆ। ਨੈਕਸਟ ਦੇ ਰਹੇ ਹਾਂ ਜੀ ਔਰਗੈਂਜ਼ਾ ਦੇ ਉੱਪਰ, ਬੈਕ ਸਾਈਡ ਪਲੇਨ ਰਹੂਗੀ ਅਤੇ ਫਰੰਟ 'ਤੇ ਤੁਹਾਨੂੰ ਸਾਰਾ ਥਰੈਡ ਵਰਕ ਮਿਲੇਗਾ। ਸਿਲਕ ਦੀ ਸਲਵਾਰ ਹੈ ਜੀ ਨਾਲ ਇਹਦੇ, ਅਤੇ ਦੁਪੱਟਾ ਮਿਲੂਗਾ ਪ੍ਰਿੰਟਡ, ਇਹ ਹੈਗਾ ਦੁਪੱਟਾ। ਕਲਰ ਆਪਸ਼ਨ ਦੇਖ ਲਓ, ਇਹ ਕਲਰ ਨੇ ਜੀ ਇਹਦੇ ਵਿੱਚ, ਠੀਕ ਹੈ। ਨੈਕਸਟ ਇਹ ਵੀ ਸੂਟ ਬਹੁਤ ਸਾਰੀ ਡਿਮਾਂਡ 'ਤੇ ਰਿਹਾ, ਇਹ ਮੈਂ ਤਕਰੀਬਨ ਕਾਫੀ ਵਾਰੀ ਤੁਹਾਨੂੰ ਦਿਖਾਏ ਨੇ ਇੱਦਾਂ ਦੇ ਸੂਟ, ਅਤੇ ਅੱਜ ਫਿਰ ਤੋਂ ਤੁਹਾਡੇ ਵਾਸਤੇ ਲੈ ਕੇ ਆਇਆ ਜੀ ਕਰੇਪ ਦਾ ਸੂਟ, ਸਰਵੋਸ ਵਰਕ ਦੇ ਨਾਲ, ਕਰੇਪ ਦੀ ਸਲਵਾਰ ਆ ਅਤੇ ਨਾਲ ਹੈਗਾ ਇਹ ਔਰਗੈਂਜ਼ਾ ਦਾ ਦੁਪੱਟਾ 4-sided ਵਰਕ ਦੇ ਨਾਲ। ਬਹੁਤ ਸੋਹਣੀ ਲੁੱਕ ਹੈ ਸੂਟ ਦੀ। ਕਲਰ ਆਪਸ਼ਨ ਦੇਖ ਲਓ, ਇਹਦੇ ਵਿੱਚ ਇੱਕ ਇਹ ਸਪੈਰੋ ਵਾਲਾ ਆਏਗਾ, ਇਹਦਾ ਦੁਪੱਟਾ ਥੋੜ੍ਹਾ ਜਿਹਾ ਚੇਂਜ ਆ, ਵੈਸੇ ਤਾਂ ਸੇਮ ਹੀ ਆ, ਹਲਕੀ ਜਿਹੀ ਡਿਜ਼ਾਈਨਿੰਗ ਦਾ ਫਰਕ ਆ ਇਹਦਾ ਦੁਪੱਟਾ ਜੀ। ਬਹੁਤ ਸੋਹਣੀ ਲੁੱਕ ਹੈ ਸੂਟ ਦੀ। ਸੇਮ ਦੇ ਵਿੱਚ ਇੱਕ ਹੈਗਾ ਜੀ ਗ੍ਰੇ ਕਲਰ, ਫੋਟੋ ਪਲੀਜ਼ ਉਹੀ ਪਾਇਓ ਜਿਨ੍ਹਾਂ ਨੇ ਸੂਟ ਲੈਣੇ ਨੇ, ਰਿਕੁਐਸਟ ਆ ਜੀ। ਬਹੁਤ ਪਿਆਰਾ ਦੁਪੱਟਾ ਹੈ। ਨੈਕਸਟ ਤੁਹਾਨੂੰ ਮੈਂ ਦਿਖਾਉਂਦੀ ਹਾਂ ਸਿੰਗਲ ਸਿੰਗਲ ਪੀਸ, ਸੈੱਟ ਵਾਈਜ਼ ਸੀਗੇ ਜਿਹੜੇ ਦਿਖਾਏ ਹਾਂ, ਅਤੇ
क्रेप के उपर सूट आ जी, प्योर क्रेप ते नैक बनया हुआ 5200 प्राइस आ सूट का। वैसे तेरा दुपट्टा देखियो, सारे डिजाइनर जहाँ दुपट्टा ठीक है जी। इन्हां सूटां दी भी बहुत डिमांड रही सीगी मेरे कोल, काफ़ी सारे सैट असीं इस सूट दे सेल किए हैं क्योंकि हर एक नूं बहुत ज़्यादा पसंद आता ये वाला सूट। ऑर्गेंजा दी शर्ट है जी, जिहड़ा वर्क है वह सेम थ्रैड का ही आ। ਇਹ ਹੋ ਗਿਆ ਤਾਂ ਦੁਪੱਟਾ, ਹੈਂਡ ਵਰਕ ਦਾ ਸੂਟ ਆ ਜੀ। ਟੋਟਲੀ 7200 ਪ੍ਰਾਈਸ ਸੀਗਾ ਸੂਟ ਦਾ, ਸ਼ਿਮਰ ਦੇ ਉੱਪਰ ਆ, ਬਹੁਤ ਪਿਆਰਾ ਸੂਟ ਹੈ, ਪਿਓਰ ਦਾ ਸੂਟ ਆ ਜੀ ਸਾਰਾ। ਅਤੇ ਸਿਲਕ ਦੀ ਹੈਗੀ ਹੈ ਸਲਵਾਰ, ਇਹਦੇ ਨਾਲ ਹੈਗਾ ਮੈਚਿੰਗ ਕੰਟਰਾਸਟ ਦੁਪੱਟਾ ਗੋਟਾ ਪੱਤੀ ਦੇ ਉੱਪਰ। ਦੇਖੋ ਵਰਕ ਬਹੁਤ ਸੋਹਣੇ ਸੂਟ ਨੇ। ਇਹ ਤੁਹਾਨੂੰ ਸਿੰਗਲ ਸਿੰਗਲ ਪੀਸ ਦਿਖਾ ਰਹੇ ਹਾਂ ਜੀ, ਬਹੁਤ ਘੱਟ ਪ੍ਰਾਈਸਾਂ 'ਤੇ। ਇਹ ਬਹੁਤ ਜ਼ਿਆਦਾ ਪੀਸ ਡਿਮਾਂਡ 'ਤੇ ਰਹਿੰਦਾ ਏ, ਇਹ ਮਤਲਬ ਨਾਈਸ ਸ਼ਾਈਨਿੰਗ ਆ, ਬਹੁਤ ਜ਼ਿਆਦਾ ਸ਼ਾਈਨ ਵੀ ਨਹੀਂ ਹੈਗੀ ਅਤੇ ਸੋਬਰ ਜਿਹਾ ਵੀ ਆ। ਕਾਫੀ ਜਣੇ ਡਿਮਾਂਡ ਕਰਦੇ ਆ ਕਿ ਸਾਨੂੰ ਸੋਬਰ ਵੀ ਹੋਵੇ ਅਤੇ ਵਰਕ ਵੀ ਹੈਵੀ ਹੋਵੇ, ਇਹ ਉਹ ਵਾਲੀਆਂ ਚੀਜ਼ਾਂ ਨੇ ਜੀ। ਮੈਂ ਪਹਿਲਾਂ ਵੀ ਬਹੁਤ ਸਾਰਾ ਸੂਟ ਸੇਲ ਕੀਤਾ ਅਤੇ ਇਹਦੇ ਨਾਲ ਹੀ ਬਰੋਕਿਟ ਦਾ ਦੁਪੱਟਾ ਠੀਕ ਹੈ ਜੀ। ਅਤੇ ਨੈਕਸਟ ਡਿਜ਼ਾਈਨ ਦਿੰਦੇ ਹਾਂ, ਸੇਮ ਹੀ ਪੈਟਰਨ ਦੇ ਉੱਪਰ ਔਰਗੈਂਜ਼ਾ ਦੀ ਸ਼ਰਟ ਹੈ ਜੀ। ਇਸ ਦਾ ਡਿਜ਼ਾਈਨ ਥੋੜ੍ਹਾ ਜਿਹਾ ਅਲੱਗ ਆ ਉਸ ਨਾਲੋਂ। ਇਹ ਸਾਰਾ ਥਰੈੱਡ ਵਰਕ ਆ, ਇਹਨਾਂ 'ਚ ਚੁੱਭਣ ਵਾਲਾ ਕੁਛ ਵੀ ਨਹੀਂ ਹੁੰਦਾ ਸਕਿਨ 'ਤੇ, ਨੀਚੇ ਲਾਈਨਿੰਗ ਲੱਗ ਜਾਏਗੀ। ਅਤੇ ਸਿਲਕ ਦੀ ਸਲਵਾਰ ਆ, ਇਹਦੇ ਨਾਲ ਰਹੇਗਾ ਥੋੜ੍ਹਾ ਜਿਹਾ ਮਲਟੀ ਸ਼ੇਡ ਦੇ ਵਿੱਚ ਦੁਪੱਟਾ ਇੱਦਾਂ ਠੀਕ ਹੈ ਜੀ। ਨੈਕਸਟ ਹੈਗਾ ਜੀ ਮੂੰਗਾ ਸਿਲਕ ਦੇ ਉੱਪਰ, ਬਹੁਤ ਡਿਜ਼ਾਈਨ ਮੇਰਾ ਇਹ ਵਾਲਾ ਸਭ ਨੇ ਬਹੁਤ ਲਾਈਕ ਕੀਤਾ ਸੀ। ਇਹ ਕਲਰਫੁੱਲ 'ਤੇ ਵੀ ਆਇਆ ਸੀ ਅਤੇ ਲਾਈਟ ਕਲਰਾਂ 'ਤੇ ਵੀ। ਮੂੰਗਾ ਸਿਲਕ ਦੇ ਸੂਟ ਆ ਜੀ, ਫੁੱਲ ਡਿਮਾਂਡਿਡ ਸੂਟ ਸੀ ਇਹ, ਅਤੇ ਪ੍ਰਾਈਸ ਵੀ ਸੀਗਾ ਇਹਦਾ ਨੀਅਰ ਅਬਾਊਟ 6000 ਦੇ ਲਗਭਗ, ਅਤੇ ਅਸੀਂ ਤੁਹਾਨੂੰ ਸਿਰਫ 3600 'ਚ ਦੇ ਰਹੇ ਹਾਂ ਫੋਰ ਸਾਈਡਡ ਵਰਕ ਦੇ ਨਾਲ। ਇਹ ਬਹੁਤ ਲਾਈਟ ਵੇਟ ਸਟੱਫ ਆ ਇਹ ਸਾਰੇ। ਨੈਕਸਟ ਹੈਗਾ ਜੀ ਸ਼ਿਮਰ ਦੇ ਉੱਪਰ, ਨੈੱਕ 'ਤੇ ਬਹੁਤ ਪਿਆਰਾ ਵਰਕ ਆ, ਫੁੱਲ ਗਰਲੀ ਸਟਾਈਲ ਦਾ ਸੂਟ ਆ ਠੀਕ ਹੈ ਜੀ। ਅਤੇ ਇਹ ਸਲਵਾਰ ਇਹਦੇ ਨਾਲ ਨਾਲ ਹੈਗਾ ਇਹ ਦੁਪੱਟਾ, ਬਹੁਤ ਸੋਹਣੀ ਲੁੱਕ ਆ ਸੂਟ ਦੀ, ਫੁੱਲ ਡਿਜ਼ਾਈਨਰ ਪੀਸ। $5200 ਪ੍ਰਾਈਸ ਸੀਗਾ ਸੂਟ ਦਾ ਜੀ, ਅਤੇ ਅੱਜ ਤੁਹਾਨੂੰ ਦੇ ਰਹੇ ਹਾਂ ਸੂਟ ਇਹ 3700 ਦੇ ਵਿੱਚ। ਕਾਫੀ ਜ਼ਿਆਦਾ ਹੈਵੀ ਵਰਕ ਆ ਇਸ 'ਤੇ, ਬਾਜੂ ਵੀ ਇਹਦੀਆਂ ਫੁੱਲ ਹੈਵੀ ਨੇ, ਅਤੇ ਨੈੱਕ 'ਤੇ ਤੁਹਾਨੂੰ ਮਿਲੇਗਾ ਜੀ ਬੈਕ ਨੈੱਕ 'ਤੇ ਇਹ ਵਾਲਾ ਵਰਕ ਠੀਕ ਹੈ। ਦੁਪੱਟੇ ਦੀ ਦੇਖੋ ਜੀ ਲੁੱਕ, ਬਹੁਤ ਸੋਹਣਾ ਦੁਪੱਟਾ ਫੋਰ ਸਾਈਡ ਵਰਕ ਦੇ ਨਾਲ। ਸਟਨ ਸਿਲਕ ਦੇ ਉੱਪਰ ਸੂਟ ਹੈ ਜੀ, ਠੀਕ ਹੈ ਜੀ, ਬਹੁਤ ਪਿਆਰੀ ਲੁੱਕ ਦਾ ਸੂਟ ਆ ਸਟਨ ਦੇ ਉੱਪਰ। ਇਹ ਸਾਰੇ ਨੀਚੇ ਇੱਦਾਂ ਵਰਕ ਰਹੇਗਾ, ਸਿਲਕ ਦੀ ਸਲਵਾਰ ਆ
प्योर गिंजा का हैगा, फोर साइडेड वर्क दुपट्टा, यदा बहुत सोहनी लुक का सूट दी। ठीक है जी, ये हैगा ओरगिंजा दी उपर सूट, सिल्क दी सलवार, बहुत प्यारा सूट है। मूंगा सिल्क ते सूट है जी, काफ़ी ज़्यादा लाइट वेट थे हैं। सिल्क की सलवार है, ये हैगा दुपट्टा, दुपट्टा भी मूंगा सिल्क से ही है, काफ़ी ज़्यादा वर्क है, वर्क जोड़ा है वो बेस कलर नाल दा, बहुत यूनिक लुक है जी सूट दी। ओरगिंजा के उपर शर्ट लेसिस के नाल वर्क होया हुआ, बहुत प्यारा वर्क, ये सलवार के पौंचियां ते काम है जी। तो नाल थोनू देवांगे ओरगिंजा का वर्क वाला ही दुपट्टा, नेक्स्ट हैगा लखनवी वर्क के उपर ओरगिंजा के उपर होगा जी ये भी सूट। ठीक है जी, तो नाल हैगी जी ये सलवार, देखो जी सूट, नेक्स्ट दे रही हूँ, बहुत प्यारा सूट है, स्टफ भी बहुत ज़्यादा फाइन है, घेरे ते वर्क है, तो ये हैगा जी ये दुपट्टा। ठीक है जी, बहुत सोहना सूट है फोर साइडेड वर्क के नाल। टोटली हैंड वर्क के उपर है सूट, सारे जरकन के नाल, बहुत सोहना पीस आ। ठीक है जी, तो नाल हैगा शफोन का प्लेन दुपट्टा, तो प्राइस हैगा 3600 के सूट ने, करीप के उपर सूट है जी, प्राइस है 5500, कलर भी बहुत सोहना है, बहुत प्यारा पीस आ, बाजू ते भी थोनू प्रॉपर काम मिलेगा, तो क्रेप दी सलवार आ, दुपट्टे ते हैवी वर्क है, सारे ते चनौन शिफॉन दा दुपट्टा हैवी वर्क दे नाल। ठीक है जी, तो ये नहीं अज दे सूट सारे, काफ़ी सारे डिस्काउंट ते थोनू सूट दिखाए हैं, उम्मीद करती हूँ थोनू पसंद आए होंगे, तो तुसी कमेंट करके भी दस दियो कलैक्शन किदां दी लगी सारी। तो रही मतलब कि अपने जिहड़े कूपन ने कूपन की गल, मैं तुहानू कहा सीगा कि नैक्सट वीडियो दे विच नाल दी नाल कूपन कढ़ांगे, जिहड़ी अज दी असी हुणे वीडियो बना रहे हाँ, मतलब मैं कल पानी है वीडियो, मैं अज वीडियो बना रही हाँ, तो हाले मैं कूपन नहीं कढ़े हैगे, कूपन हुण मैं स्पैशली वीडियो कूपन दी बना के वह भी इदां ही ऑनलाइन ही कढ़ांगे तुहाडे सामने ही, तो नाल दी मैं उहदे नाल ऐड कर दांगी वीडियो, चाहे सेंटर च कर देव चाहे जिदा भी ऐड कर देव। ठीक है जी, क्योंकि हुण हाले असी उन्हां दे कूपन पैकिंग करनी है सारे सूटां दी, मैं एक दिन पहला ही वीडियो बना रही हूँ, यह कल संडे आ जाएगा फिर, तो करके तो बाकी तुसी कमेंट करके जरूर दस दिओ जी किदां लगी सारी कलैक्शन, कूपन सब नूं मिलणगे, एक सूट दे नाल एक कूपन मिलेगा, तुसी जिन्ने भी सूट लैने उन्ने तुहानूं कूपन मिलणगे, कंटिन्यू यही प्रोसैसिंग अपनी 15 दिन चलेगी। ठीक है जी,
ਅਤੇ ਬਾਕੀ ਕੂਪਨ ਵਾਲਿਆਂ ਨੂੰ ਸਾਰਿਆਂ ਨੂੰ ਮਿਲਣਗੇ ਜੀ ਸੂਟ, ਬਹੁਤ ਸੋਹਣੇ ਸਰਦੀ ਦੇ ਸੂਟ ਦੇਵਾਂਗੇ ਤੁਹਾਨੂੰ। ਅਤੇ ਬਾਕੀ ਬੁਕਿੰਗ ਲਈ ਨੰਬਰ ਤੁਹਾਨੂੰ ਪਤਾ ਹੀ ਆ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ ਜੀ, ਰੋਇਲ ਕਲੈਕਸ਼ਨ ਐਂਡ ਬੁਟੀਕ ਰਾਜਪ੍ਰੈਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅਸੀਂ ਦੇਣ ਜਾ ਰਹੇ ਹਾਂ ਤੁਹਾਨੂੰ ਕੂਪਨ ਸਿਸਟਮ, ਜਿਹੜਾ ਕਿਹਾ ਸੀਗਾ ਅਸੀਂ ਕੂਪਨ ਕੱਢਾਂਗੇ, ਮਤਲਬ ਡੇਲੀ 5 ਸੂਟਾਂ ਦੇ ਕੂਪਨ ਕੱਢਾਂਗੇ ਜੀ ਸੰਡੇ ਦਾ ਦਿਨ, ਕਿਉਂਕਿ ਮੈਂ ਕੱਲ੍ਹ 4 ਤਰੀਕ ਨੂੰ ਵੀਡੀਓ ਪਾਈ ਸੀਗੀ ਅਤੇ ਉਹਦੇ ਵਿੱਚ ਹੁਣ ਤੱਕ ਸਾਡੇ ਕੋਲ ਬੁਕਿੰਗ ਆ ਹੀ ਜਾਂਦੀ ਆ, ਹਾਲੇ ਵੀ ਕੰਟੀਨਿਊ ਹੈ। ਤੁਸੀਂ ਮਤਲਬ ਕਿ ਕਿਉਂਕਿ 2-3 ਦਿਨ ਵੀਡੀਓ ਕੋਈ ਵੀ ਮੈਂ ਅੱਗੇ ਵੀ ਪਾਉਂਦੀ ਹਾਂ ਨਾ, 2-3 ਦਿਨ ਉਹਨਾਂ ਦੀ ਮੇਰੇ ਕੋਲ ਬੁਕਿੰਗ ਚੱਲੀ ਜਾਂਦੀ ਹੁੰਦੀ ਆ। ਅਤੇ ਇਹ ਜਿਹੜੀ ਮੈਂ ਕੱਲ੍ਹ 4 ਤਰੀਕ ਵਾਲੀ ਵੀਡੀਓ ਪਾਈ ਸੀ, ਹਾਲੇ ਉਹਦੀਆਂ ਵੀ ਫੋਟੋਜ਼ ਆ ਰਹੀਆਂ, ਪਰ ਮੈਂ ਇਹ ਵੀ ਵਾਅਦਾ ਕੀਤਾ ਸੀ ਕਿ ਮੈਂ ਨੈਕਸਟ ਡੇ ਹੀ ਕੂਪਨ ਕੱਢਿਆ ਕਰਾਂਗੀ 5 ਸੂਟਾਂ ਦੇ। ਪਰ ਜੇ ਤੁਹਾਨੂੰ ਉਸ ਵੀਡੀਓ ਦੇ ਵਿੱਚੋਂ 4 ਤਰੀਕ ਵਾਲੀ 'ਚੋਂ ਹਾਲੇ ਕੁਛ ਵੀ ਪਸੰਦ ਹੈਗਾ ਜੋ ਸਾਡੇ ਕੋਲ ਅਵੇਲੇਬਿਲਟੀ ਹੋਈ, ਤਾਂ ਤੁਹਾਨੂੰ ਵੀ ਕੂਪਨ ਦਿੱਤਾ ਜਾਊਗਾ, ਉਹ ਨੈਕਸਟ ਵੀਡੀਓ 'ਚ ਜ਼ਰੂਰ ਕੱਢਿਆ ਕਰਾਂਗੇ। ਕੰਟੀਨਿਊ ਚੱਲਦਾ ਰਹੇਗਾ, ਚਾਹੇ ਮੇਰੀ ਪੁਰਾਣੀ ਵੀਡੀਓ ਆ, ਮਤਲਬ ਕਿ ਜਿਹੜੀ ਇਹ ਕੂਪਨ ਸਿਸਟਮ ਵਾਲੀ ਵੀਡੀਓਜ਼ ਆ, ਇਹ ਚਾਹੇ ਪੁਰਾਣੀ ਹੈ ਜਿੱਦਾਂ ਵੀ ਹੈਗਾ, ਪਰ ਤੁਹਾਨੂੰ ਕੂਪਨ ਜ਼ਰੂਰ ਮਿਲਿਆ ਕਰੇਗਾ ਇਹਦੇ ਨਾਲ। ਅੱਜ ਕੱਢਣ ਜਾ ਰਹੇ ਹਾਂ ਜੀ 5 ਕੂਪਨ। ਤੁਸੀਂ ਬਹੁਤ ਵਧੀਆ ਰਿਸਪੋਂਸ ਦਿੱਤਾ ਸਾਰੇ ਸੂਟਾਂ ਨੂੰ, ਅਤੇ ਮੈਂ ਤੁਹਾਨੂੰ ਲਾਈਵ ਕੱਢਾਂਗੀ ਇਹ ਵੀਡੀਓ। ਅਸੀਂ ਕੱਲ੍ਹ ਬਣਾ ਲਈ ਸੀਗੀ ਜਿਹੜੀ ਮੈਂ ਅੱਜ ਪਾਈ ਆ ਵੀਡੀਓ, ਠੀਕ ਹੈ। ਅਤੇ ਇਹਦੇ ਵਿੱਚ ਹੁਣ ਮੈਂ ਐਡ ਕਰਾਂਗੀ ਇਹ ਕੂਪਨ ਵਾਲੀ ਵੀਡੀਓ, ਕਿਉਂਕਿ 12 ਵਜੇ ਤੱਕ ਮੇਰੇ ਕੋਲ ਬੁਕਿੰਗ ਹੁੰਦੀ ਆ ਜੀ, ਅਤੇ 12 ਵਜੇ ਮੈਂ ਵੀਡੀਓ ਪਾਉਣੀ ਆ। 12 ਵਜੇ ਤੱਕ ਜਿਨ੍ਹਾਂ ਦੀ ਵੀ ਮੇਰੇ ਕੋਲ ਬੁਕਿੰਗ ਆ ਗਈ ਅਤੇ ਉਹਨਾਂ ਦੇ ਮੈਂ ਕੂਪਨ ਪਾ ਲਏ, ਠੀਕ ਹੈ। ਬਾਕੀ ਬਹੁਤ ਸਾਰੀਆਂ ਫੋਟੋਜ਼ ਨੇ ਹਲੇ ਜਿਹੜੀਆਂ ਹੋਲਡ 'ਤੇ ਪਈਆਂ, ਅਤੇ ਦਿਖਾਉਂਦੇ ਹਾਂ ਜੀ ਤੁਹਾਨੂੰ ਅੱਜ ਕਿਹਦਾ ਲੱਕ ਲੱਗਦਾ ਹੈ। ਵੀਡੀਓ ਨੂੰ ਧਿਆਨ ਨਾਲ ਦੇਖ ਲਿਓ। ਇਹ ਜੇ ਮੈਂ ਇਸ ਦੇ ਵਿੱਚ ਕੱਢਾਂਗੀ ਤਾਂ ਪਰਚੀ ਇੱਕ ਦੂਜੇ ਦੇ ਵਿੱਚ ਪਈ ਆ, ਮੈਂ ਪਰਚੀਆਂ ਬਾਹਰ ਕੱਢ ਲਾਂਗੀ ਸਾਰੀਆਂ ਹੀ, ਠੀਕ ਹੈ ਜੀ। ਅਤੇ ਇੱਕ ਤੁਸੀਂ ਹੁਣ ਇਹ ਵੀ ਸੋਚੋਗੇ ਕਿ ਸਾਨੂੰ ਕੀ ਪਤਾ ਲੱਗੇਗਾ ਸਾਡਾ ਕੂਪਨ ਕੀ ਨੰਬਰ ਆ ਕਿੱਦਾਂ। ਜਦੋਂ ਵੀ ਸੂਟ ਦੀ ਪੈਕਿੰਗ ਹੁੰਦੀ ਹੈ, ਮੈਂ ਪੈਕਿੰਗ ਦੇ ਉੱਪਰ ਕੂਪਨ ਦਾ ਨੰਬਰ, ਮਤਲਬ ਕੂਪਨ ਰੱਖ ਕੇ ਉਹਦੀ ਫੋਟੋ ਪਾਉਂਦੀ ਹਾਂ, ਉਹ ਕੂਪਨ ਦਾ ਨੰਬਰ ਤੁਹਾਡੇ ਪਾਸ ਚਲੇ ਜਾਂਦਾ ਹੈ। ਹੁਣ ਤੁਸੀਂ ਧਿਆਨ ਨਾਲ ਇਹ ਦੇਖ ਲਿਆ ਕਰੋ ਕਿਹਦਾ, ਮਤਲਬ ਕਿ ਜਿਨ੍ਹਾਂ ਕੋਲ ਸੂਟ ਗਏ ਹੋਏ ਹੁੰਦੇ ਆ, ਜਿਨ੍ਹਾਂ ਦੀ ਬੁਕਿੰਗ ਆਈ ਵੀ ਹੁੰਦੀ ਆ। ਹੁਣ ਮੇਰੇ ਕੋਲ ਜਿਨ੍ਹਾਂ ਦੀ ਕੱਲ੍ਹ ਬੁਕਿੰਗ ਆਈ ਆ, ਮੈਂ ਸਾਰੇ ਸੂਟ ਪੈਕ ਕਰਤੇ ਅਤੇ ਨਾਲ ਉਹਨਾਂ ਨੂੰ ਕੂਪਨ ਨੰਬਰ ਸੈਂਡ ਕਰਤਾ ਜੀ ਪਾਰਸਲ ਦੇ ਉੱਪਰ ਰੱਖ ਕੇ, ਅਤੇ ਉਹ ਨੇ ਜੀ ਇਹ ਸਾਰੇ, ਅਤੇ ਨਾਲ ਦੀ ਨਾਲ ਤੁਹਾਨੂੰ ਕੂਪਨ ਨੰਬਰ ਅਸੀਂ ਸੈਂਡ ਕਰਦੇ ਹਾਂ ਜਦੋਂ ਵੀ ਤੁਸੀਂ ਬੁਕਿੰਗ ਕਰਾਉਂਦੇ ਹੋ। ਇਹ ਇਕੱਲੀ ਇਕੱਲੀ ਸਲਿਪ ਕਰ ਲਵਾਂ ਮੈਂ ਸਾਰੀਆਂ ਹੀ, ਠੀਕ ਹੈ ਜੀ। ਸ਼ੁਰੂ ਕਰਦੇ ਹਾਂ ਜੀ ਫਸਟ ਕੂਪਨ ਨੰਬਰ 25, ਠੀਕ ਹੈ ਜੀ। ਕੂਪਨ ਨੰਬਰ 25 ਮੈਂ ਤੁਹਾਨੂੰ ਲਾਸਟ 4 ਡਿਜ਼ਿਟ ਦੱਸਾਂਗੀ। ਕੂਪਨ ਨੰਬਰ 25 ਦੇ ਲਾਸਟ 4 ਡਿਜ਼ਿਟ ਹੈਗੇ ਆ ਜੀ, ਫੋਨ ਨੰਬਰ ਦੇ ਹੈਗੇ ਆ। ਇਹ ਮੇਰੇ ਕਲਾਇੰਟ USA ਤੋਂ ਆ, ਇਹਨਾਂ ਨੇ ਲਏ ਨੇ ਜੀ 3 ਸੂਟ ਲਏ ਇਹਨਾਂ ਨੇ, ਅਤੇ ਇਹਨਾਂ ਦਾ ਨੰਬਰ ਹੈਗਾ ਲਾਸਟ ਵਿੱਚ 007 407 407 407 407। ਇਹਨਾਂ ਦੇ ਲਾਸਟ ਵਾਲੇ ਡਿਜ਼ਿਟ ਨੇ ਜੀ। ਤੁਹਾਡਾ ਕੂਪਨ ਨਿਕਲਿਆ, ਇੱਕ ਤੁਹਾਨੂੰ ਸੂਟ ਹੋ ਗਿਆ, ਮੈਂ ਨਾਲ ਦੀ ਨਾਲ ਐਡ ਵੀ ਕਰ ਲਵਾਂ ਫਸਟ। ਓਕੇ ਠੀਕ ਹੈ ਜੀ, ਅਤੇ ਸੈਕਿੰਡ ਕੂਪਨ ਕੱਢਣ ਜਾ ਰਹੇ ਹਾਂ ਆਪਾਂ। ਸੈਕਿੰਡ ਕੂਪਨ ਕੱਢਣ ਜਾ ਰਹੇ ਹਾਂ ਆਪਾਂ, ਕੂਪਨ ਨੰਬਰ 9, ਠੀਕ ਹੈ ਜੀ। ਕੂਪਨ ਨੰਬਰ 9 ਹੈਗਾ ਮੇਰੇ ਪਾਸ, ਇਹਨਾਂ ਦੇ ਲਾਸਟ ਡਿਜ਼ਿਟ ਨੇ ਜੀ 8 8 6 3 8 7 8 6 3 8 7। 86387 ਨੰਬਰ ਆ ਜੀ, ਮਨਜੀਤ ਕੌਰ ਇਹਨਾਂ ਦਾ ਨਾਮ ਹੈ, ਅਤੇ ਇਹਨਾਂ ਦਾ ਨਿਕਲਿਆ ਜੀ ਕੂਪਨ ਨੰਬਰ 2, ਅਤੇ ਕੂਪਨ ਨੰਬਰ ਹੈਗਾ ਜੀ 9, ਠੀਕ ਹੈ। ਇਹਨਾਂ ਦਾ ਹੈਗਾ ਸੈਕਿੰਡ ਪ੍ਰਾਈਜ਼ ਕੂਪਨ ਨੰਬਰ 9 ਦਾ, ਅਤੇ ਨੈਕਸਟ ਕੱਢਦੇ ਹਾਂ ਆਪਾਂ। ਅਤੇ ਪਲੀਜ਼ ਤੁਸੀਂ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਦੱਸਣਾ ਤੁਹਾਨੂੰ ਕੂਪਨ ਨਿਕਲਿਆ, ਤਾਂ ਜੋ ਸਭ ਨੂੰ ਪਤਾ ਲੱਗੇ ਵਾਕਈ ਕੂਪਨ ਨਿਕਲਦੇ ਨੇ, ਜਿਨ੍ਹਾਂ ਜਿਨ੍ਹਾਂ ਨੂੰ ਕੂਪਨ ਮਿਲਿਆ, ਚਾਹੇ ਤੁਹਾਨੂੰ ਮੇਰਾ ਦਿੱਤਾ ਹੋਇਆ ਗਿਫਟ ਪਸੰਦ ਹੈ ਚਾਹੇ ਨਹੀਂ ਪਸੰਦ ਆ, ਤੁਸੀਂ ਉੱਥੇ ਮੈਨਸ਼ਨ ਜ਼ਰੂਰ ਕਰਨਾ ਕਿ ਵਾਕਈ ਕੂਪਨ ਨਿਕਲਿਆ ਹੈ, ਠੀਕ ਹੈ ਜੀ। ਅਤੇ ਕੂਪਨ ਨੰਬਰ 4, ਨੈਕਸਟ ਕੂਪਨ ਨੰਬਰ 4 ਹੈਗਾ ਜੀ, ਲਾਸਟ ਡਿਜ਼ਿਟ ਹੈਗੇ ਨੇ 1486 8 2 6 1 4 8 2 6, ਅਤੇ ਇਹਨਾਂ ਦਾ ਕੂਪਨ ਨੰਬਰ ਹੈਗਾ ਜੀ
नहीं, कूपन नंबर 4 हैगा ए। इन्हां ने 2 सूट ले हुए हैं, 39233 इन्हां दा कूपन नंबर है जी 4। ठीक है जी, ठीक है जी। वो मिसटेक तां होई आ क्योंकि इन्होंने मेरे तो ले जी 2 ते 3 कूपन इन्हों मिले हुए, इन्होंने 2 सूट लाए हुए हैं मेरे तो, और 4 नंबर पर आ रहा है मतलब कि किसी होर का नाम। ठीक है जी, तो 39233 इन्हों निकलिया जी 3rd प्राइज। ठीक है, तो नैक्सट आप करते हैं 4th। कूपन नंबर 1, कूपन नंबर 1 हैगा जी, ये हैगे ने हरप्रीत, तो इन्हां दे लास्ट डिजिट ने जी 29268 इन्हां दा नंबर है जी, तो इन्हां नूं निकलिया 4th प्राइज। ठीक है जी, नैक्सट चलते आपां 5th वाल। कूपन नंबर 14, ठीक है जी, कूपन नंबर 14, 14 कूपन नंबर आ, तो इन्हों का नंबर हैगा लास्ट विच 33138 33138, तो नाम हैगा जी जसवीर कौर, कूपन नंबर 14, तो इन्हों निकला 5th प्राइज। ठीक है जी, हाँ जी, उम्मीद करती हाँ थोनों ये वाला सिस्टम पसंद आया होएगा। मैं सब दे मतलब सामने खोल रही हाँ, ये भी देखो तुसी, मैं एक बार थोनों खोल के दिखा दिनी हाँ, ये कूपन अपने निकल गए, सब दे विच सब नू कूपन नंबर मैनशन किए हुए हैं जी, एक एक कूपन ये नहीं है कि कई बार कह दें रिपीट तो नहीं पाया, कुछ तो नहीं किया हुआ। ठीक है, ये हैगा सारा कुछ उरे सिस्टम, तो जिन्हों का मतलब कि हूँ कोरीअर ये सूट असी कोरीअर करांगे, तो मैं इन्हों कॉल करके भी दसंगी कि थोड़ा सूट निकलिया जी। बाकी पहला मैं थोड़ी वेट करांगी कि थोनों किन्नी की खुशी है तुसी मैनू खुद कॉल कर दे। ठीक है जी, तो बाकी ये वाली वीडियो मैं जिहड़ी अज वीडियो पानी आ उहदे नाल ऐड करन लगी हाँ, क्योंकि 12 बजे तक बुकिंग लैनी हुंदी आ। मैं जिहड़ी अज वीडियो पानी आ मैं कल बना ली सी, अज संडे का टाइम सीगा, संडे का दिन सी तां करके अज वीडियो नहीं सी बननी, मैं जस्ट 10-15 मिनट वास्ते ही शॉप ते आई हाँ। तो बाकी उम्मीद करती हाँ सब नूं ये वाला कूपन सिस्टम पसंद आया होएगा, तो नैक्सट टाइम देखते हैं जी कि लक निकलता। अपने कंटिन्यू तकरीबन 15 दिन इदा ही सूट कढ़ने आ, तुहाडे वास्ते बहुत सारे गिफ्ट असि सूट लैके आए हुए हैं। तो थैंक यू जी वीडियो देखने लई, ते चैनल नूं तुसी जिन्ना शेयर करोगे जिन्ने कमेंट करोगे, तो आप फिर उहदे विच भी तुहानूं कूपन सब नूं जिहनी कमेंट वाले वास्ते असी कूपन नहीं देवांगे, उह सी जिद्दां मैं पहलां स्क्रॉल करके कढ़िया सीगा नंबर कढ़े सीगे नाम सेंड किए सी, उदा ही करांगे सब दे। ठीक है, चैनल नूं तुसी सबसक्राइब जरूर करवाना सब तो, शेयर जरूर करना है वीडियो नूं। थैंक यू सो मच, थैंक यू जी।